ਹੁਣ ਇੱਥੇ ਭਈਏ ਫਿਰਦੇ ਹੈਗੇ ਆ, ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਆ, ਆਪ ਖੁਦ ਸ਼ਰਾਬ ਪੀਂਦਾ ਉਹ। ਕੁਛ ਜਿਹੜੇ ਨੌਜਵਾਨ ਆਉਂਦੇ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਟੋਪੀਆਂ ਹੁੰਦੀਆਂ ਨੇ, ਫਿਰ ਉਹ ਟੋਪੀਆਂ ਨੂੰ ਕਿਵੇਂ ਤੁਸੀਂ ਉਤਾਰ ਕੇ ਉਹਨਾਂ ਨੂੰ ਕਹਿੰਦੇ ਹੋ ਕਿ ਵੀਰ ਜੀ ਅੱਗੇ ਪੱਗ ਬੰਨੋ? ਹਾਂਜੀ, ਅਸੀਂ ਪੱਗ ਲਈ ਪ੍ਰਮੋਟ ਕਰ ਰਹੇ ਹਾਂ ਜੀ। ਸਾਡਾ ਇੱਧਰ ਲੰਗਰ ਲਾਇਆ, ਫ੍ਰੀ ਦਸਤਾਰ ਸਿਖਲਾਈ ਕੈਂਪ ਚੱਲ ਰਿਹਾ ਜੀ, ਅਤੇ ਦਸਤਾਰਾਂ ਦੇ ਲੰਗਰ ਵੀ ਚੱਲ ਰਹੇ ਨੇ। ਅਤੇ ਹੁਣ ਅਸੀਂ ਉਹਨਾਂ ਨੂੰ ਹੁੱਲੜਬਾਜ਼ਾਂ ਨੂੰ ਨੱਥ ਪਾਈ ਆ ਤਾਂ ਜੋ ਸੁਧਾਰ ਹੋਇਆ ਤੁਹਾਡੇ ਸਾਹਮਣੇ ਹੈਗਾ। ਅਤੇ ਅੱਗੇ ਤੋਂ ਵੀ ਦੇਖ ਲਿਓ ਤੁਸੀਂ, ਜੇ ਕਿਸੇ ਨੂੰ ਅਸੀਂ ਦੇਖ ਲਿਆ ਇੱਦਾਂ ਟੋਪੀ ਲੈ ਕੇ, ਅਸੀਂ ਪਹਿਲਾਂ ਤਾਂ ਪਿਆਰ ਨਾਲ ਕਹਿੰਦੇ ਹਾਂ, ਨਿਮਰਤਾ ਨਾਲ ਕਹਿ ਕੇ ਵੀ ਭਾਈ ਸਿਰ ਢੱਕ ਲਾ, ਦਸਤਾਰ ਬੰਨ ਲਾ, ਜਾਂ ਨਹੀਂ ਹੈਗਾ ਪਰਨਾ ਬੰਨ ਲਾ ਜਾਂ ਰੁਮਾਲ ਬੰਨ ਲਾ, ਟੋਪੀ ਲਾ ਦਿਓ। ਹੁਣ ਇੱਥੇ ਭਈਏ ਫਿਰਦੇ ਹੈਗੇ ਆ, ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਆ, ਆਪ ਖੁਦ ਸ਼ਰਾਬ ਪੀਂਦਾ ਉਹ। ਅਤੇ ਇੱਥੇ ਹੁਣ ਤੰਬਾਕੂ ਦਾ ਸੇਵਨ ਹੋ ਰਿਹਾ ਗਾ, ਤੰਬਾਕੂ ਲੈ ਕੇ ਹੁਣ ਇੱਥੋਂ ਜਾ ਰਹੇ ਆ, ਲੰਘ ਰਹੇ ਆ, ਕੱਲ੍ਹ ਨੂੰ ਮਹਾਰਾਜ ਦਾ ਨਗਰ ਕੀਰਤਨ ਨਿਕਲ ਰਿਹਾ ਗਾ। ਜਦੋਂ ਆ ਰਹੇ ਸੀਗੇ ਅਸੀਂ ਕੁਛ ਦੇਖਿਆ ਕਿ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੰਬਾਕੂ ਜਿਹੜੇ ਹੁੰਦੇ ਆ, ਤੁਸੀਂ ਉਹ ਵੀ ਲਿੱਤੇ ਆ? ਆਪਣੇ ਪੰਜਾਬੀਆਂ ਨੂੰ ਤਾਂ ਇਹ ਨਹੀਂ ਪਤਾ, ਹੁਣ ਪੰਜਾਬੀਆਂ ਦੀ ਇੱਕ ਗੱਲ ਦੱਸ ਰਹੇ ਹਾਂ ਵੀ ਚਲੋ ਨਸ਼ੇ ਪੱਤੇ ਤੋਂ ਮਹਾਰਾਜ, ਹਜੇ ਤਾਂ ਅਸੀਂ ਫੜਿਆ ਨਹੀਂ ਕੋਈ ਪੰਜਾਬੀ ਬੰਦਾ, ਸਾਰੇ ਬਿਹਾਰੀ ਫੜਿਆ, ਆਪਣੇ ਜਿਹੜੇ ਦਸਤਾਰਾਂ ਨਹੀਂ ਬੰਨ ਰਹੇ ਜਾਂ ਸਿਰ ਕਵਰ ਨਹੀਂ ਕਰ ਰਹੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰ ਕੌਰ, ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅਤੇ ਅੱਜ ਅਸੀਂ ਪਹੁੰਚੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦ ਜੋੜ ਮੇਲੇ 'ਤੇ, ਇੱਕ ਅਨੋਖਾ ਪ੍ਰਦਰਸ਼ਨ ਵੀ ਦੇਖਣ ਨੂੰ ਮਿਲਦਾ ਹੈ। ਅਤੇ ਇੱਥੇ ਕੁਝ ਸਿੰਘ ਪਹੁੰਚੇ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਾਰੇ ਹੀ ਦਰਸ਼ਕ ਵੀਰਾਂ ਨੂੰ, ਜਿੰਨੇ ਵੀ ਇਸ ਚੈਨਲ ਜ਼ਰੀਏ ਜੁੜੇ ਨੇ, ਸਾਰੀ ਸਿੱਖ ਕੌਮ ਨੂੰ, ਸਮੁੱਚੀ ਕਾਇਨਾਤ ਨੂੰ ਸਾਡੇ ਵੱਲੋਂ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਸ਼ਹੀਦਾਂ ਦੀ ਧਰਤੀ 'ਤੇ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ। ਸੋ ਜਿਹੜੇ ਸਿੱਖ ਸੰਗਤ ਆ ਰਹੀ ਆ ਉਹਨਾਂ ਨੂੰ ਜੀ ਆਇਆਂ ਕਹਿ ਰਹੇ ਹਾਂਗੇ, ਅਤੇ ਜਿਹੜੇ ਹੁੱਲੜਬਾਜ਼ ਆ ਰਹੇ ਨੇ ਤੁਸੀਂ ਸਾਹਮਣੇ ਆ ਤੁਹਾਡੇ ਸਰ, ਉਹਨਾਂ ਦਾ ਦੇਖ ਲਓ, ਡੂੰਘਾ ਵਿਚਾਰ ਕਰ ਲਿਆ ਕਰੋ ਇਤਿਹਾਸ ਬਾਰੇ, ਹੈ ਨਾ। ਜਿੱਦਾਂ ਕਿ ਹੁਣ ਸਰਕਾਰਾਂ ਵੀ ਸਕੂਲਾਂ ਦੇ ਵਿੱਚ ਵੀ ਆਪਣਾ ਇਤਿਹਾਸ ਬਦਲ ਰਹੀ ਹੈਗੀ, ਅਤੇ ਆਪਾਂ ਜਵਾਕਾਂ ਨੂੰ ਇੰਨਾ ਹੀ ਨਹੀਂ ਪਤਾ ਗਾ ਵੀ ਇਹ ਵਰਸ ਹੈਗਾ, ਸ਼ਾਸਤਰ ਨੇ, ਮਹਾਰਾਜ ਨੇ ਸ਼ਾਸਤਰ ਬਖਸ਼ੇ ਨੇ, ਠੀਕ ਹੈ ਨਾ। ਜੇ ਉਹ ਇਤਿਹਾਸ ਨਾਲ ਜੁੜਨਗੇ ਫਿਰ ਹੀ ਉਹਨਾਂ ਨੂੰ ਕੁਛ ਪਤਾ ਲੱਗੂਗਾ। ਕੁਛ ਜਿਹੜੇ ਨੌਜਵਾਨ ਆਉਂਦੇ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਟੋਪੀਆਂ ਹੁੰਦੀਆਂ ਨੇ, ਫਿਰ ਉਹ ਟੋਪੀਆਂ ਨੂੰ ਕਿਵੇਂ ਤੁਸੀਂ ਉਤਾਰ ਕੇ ਉਹਨਾਂ ਨੂੰ ਕਹਿੰਦੇ ਹੋ ਕਿ ਵੀਰ ਜੀ ਅੱਗੇ ਪੱਗ ਬੰਨੋ? ਹਾਂਜੀ, ਅਸੀਂ ਪੱਗ ਲਈ ਪ੍ਰਮੋਟ ਕਰ ਰਹੇ ਹਾਂ ਜੀ। ਸਾਡਾ ਇੱਧਰ ਲੰਗਰ ਲਾਇਆ, ਫ੍ਰੀ ਦਸਤਾਰ ਸਿਖਲਾਈ ਕੈਂਪ ਚੱਲ ਰਿਹਾ ਜੀ, ਅਤੇ ਦਸਤਾਰਾਂ ਦੇ ਲੰਗਰ ਵੀ ਚੱਲ ਰਹੇ ਨੇ। ਹੁਣ ਜਿਹੜੇ ਵਿੱਚ ਬਹੁਤ ਨੌਜਵਾਨ ਆਉਂਦੇ ਨੇ, ਆਪਣੇ ਸਿੱਖੀ ਸਰੂਪ ਵਿੱਚ ਵਾਪਸ ਆ ਰਹੇ ਨੇ, ਇਹਨਾਂ ਦੀ ਬਦੌਲਤ ਹੀ ਆ ਰਹੇ ਆ। ਜੇ ਹੁਣ ਅਸੀਂ ਇੱਥੇ ਕੋਈ ਮੋਰਚਾ ਸਿੰਘ ਨਾ ਲਾਉਂਦਾ, ਹੁਣ ਟੋਪੀਆਂ ਪਾ ਕੇ ਇੱਥੋਂ ਲੰਘ ਜਾਂਦੇ ਸੀਗੇ, ਚਲੋ ਸਿੰਘਾਂ ਨੇ ਸੇਵਾ ਲਾਈ, ਮਹਾਰਾਜ ਨੇ ਜਿੰਨੀ ਸੇਵਾ ਲਾਈ ਆ ਸਭ ਦੀ ਲਾ ਦਿੰਦੇ ਨੇ। ਅਤੇ ਹੁਣ ਅਸੀਂ ਉਹਨਾਂ ਨੂੰ ਹੁੱਲੜਬਾਜ਼ਾਂ ਨੂੰ ਨੱਥ ਪਾਈ ਆ ਤਾਂ ਜੋ ਸੁਧਾਰ ਹੋਇਆ ਤੁਹਾਡੇ ਸਾਹਮਣੇ ਹੈਗਾ। ਅਤੇ ਅੱਗੇ ਤੋਂ ਵੀ ਦੇਖ ਲਿਓ ਤੁਸੀਂ, ਜੇ ਕਿਸੇ ਨੂੰ ਅਸੀਂ ਦੇਖ ਲਿਆ ਇੱਦਾਂ ਟੋਪੀ ਲੈ ਕੇ, ਅਸੀਂ ਪਹਿਲਾਂ ਤਾਂ ਪਿਆਰ ਨਾਲ ਕਹਿੰਦੇ ਹਾਂ, ਨਿਮਰਤਾ ਨਾਲ ਕਹਿ ਕੇ ਵੀ ਭਾਈ ਸਿਰ ਢੱਕ ਲਾ, ਦਸਤਾਰ ਬੰਨ ਲਾ, ਜਾਂ ਨਹੀਂ ਹੈਗਾ ਪਰਨਾ ਬੰਨ ਲਾ ਜਾਂ ਰੁਮਾਲ ਬੰਨ ਲਾ, ਟੋਪੀ ਲਾ ਦਿਓ। ਕਿਉਂਕਿ ਜਦੋਂ ਫਤਿਹ ਸਿੰਘ ਮਹਾਰਾਜ ਜੀ ਨੇ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਹਿਬਜ਼ਾਦਾ ਫਤਿਹ ਸਿੰਘ ਮਹਾਰਾਜ ਜੀ ਨੂੰ ਕਿਹਾ ਸੀਗਾ ਕਿ ਅਕਾਲ ਦਾ ਰੂਪ ਪ੍ਰਗਟ ਕਰੋ, ਤਾਂ ਉਹਨਾਂ ਨੇ ਉੱਚਾ ਫਰਲਾ, ਉੱਚਾ ਬੁੰਗਾ ਦਮਾਲਾ ਸਜਾਇਆ ਸੀਗਾ, ਨਾ ਕਿਹਾ ਟੋਪੀਆਂ ਲੈਤੀਆਂ ਸੀਗੀਆਂ। ਜੇ ਸਾਡੇ ਜਿਨ੍ਹਾਂ ਪਰਜੰਦਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ, ਆਪਣੀ ਜਾਨ ਦੀ ਬਾਜ਼ੀ ਲਾਤੀ, ਸ਼ਹਾਦਤਾਂ ਦਿੱਤੀਆਂ, ਉਹਨਾਂ ਨੂੰ ਅਸੀਂ ਸਜਦਾ ਕਰਨਾ, ਤਾਂ ਸਾਬਤ ਸੂਰਤ ਹੋਵੋ, ਦਸਤਾਰਾਂ ਬੰਨੋ, ਦਾੜੇ ਪ੍ਰਕਾਸ਼ ਕਰੋ, ਨਾ ਕਿ ਆਹ ਟੋਪੀਆਂ ਲੈ ਕੇ ਇਹਨਾਂ ਸ਼ਹੀਦੀ ਦਿਹਾੜਿਆਂ 'ਤੇ ਆਓ। ਵਿੱਚ ਤਾਂ ਹੁਣ ਹੁੱਲੜਬਾਜ਼ ਬਹੁਤ ਆਉਂਦੇ ਆ, ਇਹਨਾਂ ਨੂੰ ਸ਼ਹੀਦੀ ਦਿਹਾੜੇ ਨਹੀਂ ਮੇਲੇ ਹੀ ਬਣਾ ਲਿਆ। ਹੁਣ ਤੁਹਾਡੇ ਸਾਹਮਣੇ ਆ, ਤੁਸੀਂ ਪਹਿਲਾਂ ਹੀ ਸ਼ੋਟ ਚੁੱਕ ਚੁੱਕੇ ਹੈਗੇ,
ਹੁਣ ਇੱਥੇ ਭਈਏ ਫਿਰਦੇ ਹੈਗੇ ਆ, ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਆ, ਆਪ ਖੁਦ ਸ਼ਰਾਬ ਪੀਂਦਾ ਉਹ, ਅਤੇ ਇੱਥੇ ਹੁਣ ਤੰਬਾਕੂ ਦਾ ਸੇਵਨ ਹੋ ਰਿਹਾ ਗਾ, ਤੰਬਾਕੂ ਲੈ ਕੇ ਹੁਣ ਇੱਥੋਂ ਜਾ ਰਹੇ ਆ, ਲੰਘ ਰਹੇ ਆ, ਕੱਲ੍ਹ ਨੂੰ ਮਹਾਰਾਜ ਦਾ ਨਗਰ ਕੀਰਤਨ ਨਿਕਲ ਰਿਹਾ ਗਾ, ਹੁਣ ਅਸੀਂ ਚੈਕਿੰਗ ਲਾ ਰਹੇ ਹਾਂ ਅਤੇ ਤੁਹਾਡੇ ਸਾਹਮਣੇ ਆ, ਤੰਬਾਕੂ ਵੀ ਨਿਕਲ ਰਿਹਾ ਗਾ, ਜੇ ਅਸੀਂ ਇਹਨਾਂ ਨੂੰ ਨੱਥ ਨਾ ਪਾਵਾਂਗੇ ਤਾਂ ਫਿਰ ਹੁਣ ਦਰਬਾਰ ਸਾਹਿਬ ਕੋਲ ਵੀ ਦੁਕਾਨਾਂ ਖੁੱਲ੍ਹਣਗੇ ਇਹ, ਇਸ ਕਰਕੇ ਠੱਲ ਪਾਉਣ ਲਈ ਕਦਮ ਚੱਕਣਾ ਜ਼ਰੂਰੀ ਹੈ ਜੀ। ਮੈਂ ਨਾ ਜਦੋਂ ਆ ਰਹੇ ਸੀਗੇ ਅਸੀਂ ਕੁਛ ਦੇਖਿਆ ਕਿ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੰਬਾਕੂ ਜਿਹੜੇ ਹੁੰਦੇ ਆ, ਤੁਸੀਂ ਉਹ ਵੀ ਲਿੱਤੇ ਆ, ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ ਤੁਸੀਂ? ਮੈਡਮ ਜੀ ਤਾਂ ਸਾਨੂੰ ਸ਼ੱਕ ਹੁੰਦਾ, ਪਹਿਲੀ ਗੱਲ ਤਾਂ ਪੰਜਾਬੀ ਬਹੁਤ ਘੱਟ ਪੰਜਾਬੀ ਹੁੰਦੇ ਆ ਜਿਹੜੇ ਸੱਚੀ ਦਿਲੋਂ ਸਾਨੂੰ ਹਾਜ਼ਰੀ ਲੈ ਕੇ ਆਉਂਦੇ ਆ, ਉਹ ਇਹੋ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ। ਜਿਹੜੇ ਬਈਏ ਕਹਿ ਦਈਏ ਆਪਾਂ ਬਿਹਾਰ ਤੋਂ ਯੂਪੀ ਬਿਹਾਰ ਤੋਂ ਆਏ ਹੈਗੇ ਅਤੇ ਉਹਨਾਂ ਦੀ ਜੇਬਾਂ 'ਚੋਂ ਮਿਲ ਰਿਹਾ ਜੀ, ਆਪਣੇ ਪੰਜਾਬੀਆਂ ਨੂੰ ਤਾਂ ਇਹ ਨਹੀਂ ਪਤਾ। ਹੁਣ ਪੰਜਾਬੀਆਂ ਦੀ ਇੱਕ ਗੱਲ ਦੱਸ ਰਹੇ ਹਾਂ ਵੀ ਚਲੋ ਨਸ਼ੇ ਪੱਤੇ ਤੋਂ ਮਹਾਰਾਜ ਹਜੇ ਤਾਂ ਅਸੀਂ ਫੜਿਆ ਨਹੀਂ ਕੋਈ ਪੰਜਾਬੀ ਬੰਦਾ, ਸਾਰੇ ਬਿਹਾਰੀ ਫੜਿਆ, ਆਪਣੇ ਜਿਹੜੇ ਦਸਤਾਰਾਂ ਨਹੀਂ ਬੰਨ ਰਹੇ ਜਾਂ ਸਿਰ ਕਵਰ ਨਹੀਂ ਕਰ ਰਹੇ, ਜਾਂ ਉਹ ਜਦੋਂ ਜਾਂਦੇ ਆ ਉਹ ਕਹਿੰਦੇ ਵੀ ਅਸੀਂ ਦਰਬਾਰ ਸਾਹਿਬ ਪਹੁੰਚ ਕੇ ਕਵਰ ਕਰ ਲਾਂਗੇ। ਜੇ ਆਪਾਂ ਘਰ ਤੋਂ ਹੀ ਸ਼ਰਧਾਂਜਲੀ ਦੇਣ ਆਏ ਹਾਂ, ਸੁੱਖਿਆ ਬਈ ਆ ਵੀ ਆਪਾਂ ਜਾਣਾ ਗਾ ਫਤਿਹਗੜ੍ਹ ਸਾਹਿਬ ਧਰਤੀ ਦੇ ਨਤਮਸਤਕ ਹੋਣਾ ਗਾ, ਤਾਂ ਆਪਾਂ ਸਾਫ਼ ਸੂਰਤ ਬਣ ਕੇ ਜਾਈਏ। ਇਹ ਜਿਹੜਾ ਸ਼ਹੀਦ ਜੋੜ ਮੇਲ 'ਤੇ ਤੁਸੀਂ ਆ ਪ੍ਰਦਰਸ਼ਨ ਕੀਤਾ ਆ ਕਿ ਜਿਹੜੀਆਂ ਟੋਪੀਆਂ ਨੇ ਉਹਨਾਂ ਨੂੰ ਰੱਖਿਆ ਆ ਇਹਦੇ ਪਰਵਰਛੇ 'ਤੇ, ਅਤੇ ਹੁਣ ਇਹ ਪਹਿਲਾਂ ਵੀ ਹੋਇਆ ਜਾਂ ਅੱਜ ਪਹਿਲੀ ਵਾਰ ਹੋ ਰਿਹਾ ਇਹ? ਉਹ ਤਾਂ ਮਹਾਰਾਜ ਨੇ ਸੇਵਾ ਲਾਈ ਆ ਜੀ, ਅੱਜ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਰੰਗ ਇਹ, ਪਹਿਲਾਂ ਆਨੰਦਪੁਰ ਸਾਹਿਬ ਧਰਤੀ 'ਤੇ ਹੁੰਦਾ ਜੀ, ਇਸ ਵਾਰ ਇੱਧਰ ਵੀ ਸੀ ਦੀਦਿਆਲਿਆਂ ਦੀ ਵੀ ਹੋ ਰਿਹਾ, ਕਿਉਂਕਿ ਹੁੱਲੜ ਆਵਾਜ਼ਾਂ ਨੂੰ ਫੇਰ ਹੀ ਨੱਥ ਪਊਗੀ ਜੀ। ਜੇ ਆਪਾਂ ਇੱਦਾਂ ਦੇ ਦਿਨ ਤਿਉਹਾਰਾਂ ਦੇ ਜਾਂ ਸ਼ਹੀਦੀ ਦਿਹਾੜਿਆਂ ਦੇ ਜਾਂ ਮਹੱਲਿਆਂ ਦੇ ਜੇ ਆਪਾਂ ਨੱਥ ਪਾਵਾਂਗੇ। ਕਿੰਨੇ ਕੁ ਨੌਜਵਾਨ ਤੁਹਾਡੇ ਨਾਲ ਇਸ 'ਚ ਜੁੜ ਗਏ ਨੇ ਅਤੇ ਕਿੰਨੇ ਕੁ ਤੁਹਾਡਾ ਸਾਥ ਦੇ ਰਹੇ ਨੇ? ਦੇਖੋ ਮਹਾਰਾਜ ਦੀ ਫੌਜ਼ ਤਾਂ ਬਹੁਤ ਆ, ਮਹਾਰਾਜ ਨੇ ਕਿਹਾ 90 ਕਰੋੜ ਖਾਲਸਾ ਪ੍ਰਗਟ ਹੋਣਾ ਗਾ, ਅਤੇ ਬਸ ਮਹਾਰਾਜ ਦੀ ਸਾਰੇ ਪਾਸੇ ਫੌਜ ਹੀ ਆ ਜੀ, ਸਿੰਘ ਜੁੜੀ ਜਾਂਦੇ ਆ ਜਿਹੜੇ ਦੇਖਦੇ ਆ ਵਿੱਚ। ਹੁਣ ਤੁਹਾਡੇ ਕਮੈਂਟਾਂ ਦੇ ਥੱਲੇ ਵੀ ਤੁਸੀਂ ਪੜ੍ਹ ਲਿਓ, ਕਮੈਂਟ ਜ਼ਰੂਰ ਚੈੱਕ ਕਰ ਲਿਓ ਇੱਕ, ਕਿਉਂਕਿ ਮੈਂ ਤਾਂ ਜਦੋਂ ਕੋਈ ਵੀਡੀਓ ਦੇਖਦਾ ਇੱਦਾਂ ਦੀ ਕਮੈਂਟ ਜ਼ਰੂਰ ਪੜ੍ਹਦਾ ਹੁੰਦਾ ਮੈਂ, ਉਹ ਨੈਗੇਟਿਵ ਕਮੈਂਟ ਬਹੁਤ ਆਉਂਦੇ ਨੇ। ਜੇ ਕੋਈ ਕੰਮ ਚੰਗੇ ਕੰਮ ਕਰਦਾ ਗਾ ਉਹਦਾ ਸਾਥ ਨਹੀਂ ਦਿੰਦੇ, ਉਹਦੀਆਂ ਲੱਤਾਂ ਖਿੱਚਣਗੇ। ਹੁਣ ਇੱਥੇ ਤੁਸੀਂ ਬਹੁਤ ਪੰਜਾਬੀ ਦੇਖ ਸਕਦੇ ਹੋ, ਬਹੁਤ ਸਾਨੂੰ ਸਲਾਹ ਰਹੇ ਆ ਵੀ ਬਹੁਤ ਵਧੀਆ ਕੰਮ ਆ, ਵਿੱਚ ਇੱਦਾਂ ਦੇ ਵੀ ਨੇ ਜਿਹੜੀਆਂ ਸਾਡੀਆਂ ਲੱਤਾਂ ਖਿੱਚ ਰਹੇ ਨੇ।